ਵੀਰ ਜੀ, ਮੇਰਾ ਨਾਮ ਅਜੇ ਕੁਮਾਰ ਹੈ ਜੀ। ਮੈਂ ਅੰਮ੍ਰਿਤਸਰ ਖਾਸ ਤੋਂ ਬਿਲੋਂਗ ਕਰਦਾ। 2022 ਦਸੰਬਰ ਦੇ ਵਿੱਚ ਫੂਡ ਪਾਈਪ ਦਾ ਕੈਂਸਰ ਡਾਇਗਨੋਸ ਹੋਇਆ ਸੀਗਾ। ਇਹ ਇਲਾਜ ਦੇ ਲਈ ਮੈਂ ਆਪਣੀ ਸਾਰੀ ਜਮ੍ਹਾਂ ਪੂੰਜੀ ਆਪਣੇ ਇਲਾਜ ਤੇ ਖਰਚ ਕੀਤੀ, ਆਪਰੇਸ਼ਨ ਕਰਾਇਆ। ਉਸ ਤੋਂ ਬਾਅਦ ਵੀ ਡਾਕਟਰਾਂ ਨੇ ਦੱਸਿਆ ਕਿ ਤੁਹਾਨੂੰ ਇਲਾਜ ਅੱਗੇ ਕੀਮੋ ਤੇ ਮੈਡੀਸਨਸ ਵਗੈਰਾ ਚੱਲ ਰਹੀਆਂ ਨੇ, ਤੇ ਜਿਹਦੇ ਕਰਕੇ ਮੈਂ ਕਰਜ਼ਾ ਵੀ ਫੜ ਕੇ ਜੋ ਮੇਰੀ ਜਮ੍ਹਾਂ ਪੂੰਜੀ ਸੀ ਮੈਂ ਸਾਰਾ ਕੁਝ ਲਗਾ ਦਿੱਤਾ। ਐਂਡ ਜ਼ੀਰੋ ਸਾਡੇ ਹੱਥ ਖੜੇ ਹੋ ਗਏ। ਤੇ ਮੈਨੂੰ ਕਿਸੇ ਸੱਜਣ ਵੀ ਇਹਨੇ ਦੱਸਿਆ ਕਿ ਖਾਲਸਾ ਇੱਕ ਇਹੋ ਜਿਹੀ ਸੰਸਥਾ ਜਿਹੜੀ ਗਰੀਬਾਂ ਦੀ ਤੇ ਜਿਹੜੇ ਮੁਸ਼ਕਲਾਂ 'ਚ ਫਸਿਆਂ ਦੀ ਮਦਦ ਕਰਦੀ ਹੈ। ਤੇ ਮੈਂ ਇਹਨਾਂ ਨੂੰ ਅਪਰੋਚ ਕੀਤਾ ਤੇ ਆਪਣੇ ਹੋਸਪਿਟਲ ਦੀ ਲੈਟਰ ਜਿਹੜੀ ਉਹਨਾਂ ਨੇ ਐਸਟੀਮੇਟ ਬਣਾ ਕੇ ਦਿੱਤਾ ਸੀ ਉਹ ਮੈਂ ਇਹਨਾਂ ਦੀ ਸੰਸਥਾ ਨੂੰ ਦਿੱਤਾ। ਬੜਾ ਵਧੀਆ ਰਿਸਪੌਂਸ ਰਿਹਾ ਇਹਨਾਂ ਵੱਲੋਂ ਤੇ ਮੈਨੂੰ ਪਿਛਲੇ ਮਹੀਨੇ ਹੀ ਮਦਦ ਆ ਗਈ, ਜਿਹਦੇ ਕਰਕੇ ਮੈਂ ਆਪਣਾ ਇਲਾਜ ਕੰਟੀਨਿਊ ਕਰ ਲਿੱਤਾ। ਮੇਰੀ ਸਿਹਤ 'ਚ ਵੀ ਹੁਣ ਫਰਕ ਪੈ ਰਿਹਾ ਤੇ ਮੈਂ ਕੰਮ 'ਚ ਜਾਣਾ ਵੀ ਸਟਾਰਟ ਕਰ ਦਿੱਤਾ। ਅਸੀਂ ਤਾਂ ਜਿੱਥੇ ਵੀ ਸਾਡੀ ਲੋੜ ਆ ਅਸੀਂ ਇਨਸਾਨੀਅਤ ਤੌਰ ਤੇ ਸਾਰਿਆਂ ਨਾਲ ਖੜੇ ਆ। ਸਾਨੂੰ ਨਹੀਂ, ਸਾਨੂੰ ਕੋਈ ਫਰਕ ਨਹੀਂ, ਸਾਡੇ ਇਨਸਾਨ ਇਨਸਾਨ ਆ। ਸਾਨੂੰ ਵੀ ਬੜੀ ਖੁਸ਼ੀ ਆ, ਸਾਨੂੰ ਪਰਸਨਲੀ ਮੈਨੂੰ ਆਪ ਨੂੰ ਖੁਸ਼ੀ ਆ ਭਈ ਤੁਸੀਂ ਸਹੀ ਸਲਾਮਤ ਆ, ਕੰਮ ਤੇ ਮੁੜ ਕੇ ਲੱਗ ਗਏ। ਤੁਹਾਡੇ ਪਰਿਵਾਰ ਨੂੰ ਵੀ ਹੁਣ ਥੋੜਾ ਸਹਾਰਾ ਹੋ ਗਿਆ ਤੇ ਥੋੜੀ ਜਿੱਦਾਂ ਵੀ ਕਹਿ ਲਓ ਹੌਸਲਾ ਹੋ ਗਿਆ ਭਈ ਅਸੀਂ ਇਕੱਲੇ ਨਹੀਂ ਗਏ।